ਗੁਣ ਆ ਜਾਂਦੇ ਨੇ ਔਗਣ ਮਿਟ ਜਾਂਦੇ ਨੇ। ਸੋ ਗੁਰ ਵਖੋ ਆਪਾਂ ਸੋਚੀਏ ਕਿ ਕਿੰਨੇ ਸਾਡੇ ਅੰਦਰ ਗੁਣ ਨੇ ਤੇ ਮਾਫ ਕਰਨਾ ਕਿੰਨੇ ਔਗਣ ਨੇ। ਸੋਚੀਏ ਰੱਬ ਨੂੰ ਕਿਵੇਂ ਮਿਲ ਹੋਏਗਾ, ਪਰਮੇਸ਼ਵਰ ਨੂੰ ਕਿਵੇਂ ਮਿਲ ਸਕਦਾ ਮੈਂ। ਸੋਚੀਏ ਜਦੋਂ ਰੂਪਹੀਣ ਬੁੱਧ ਬਲਹੀਣੀ ਮੋਹੇ ਪਰਦੇਸ਼ਣ ਦੂਰ ਤੇ ਆਏ, ਮੇਰੇ ਅੰਦਰ ਕਿੰਨੇ ਗੁਣ ਨੇ ਕਿੰਨੇ ਔਗਣ ਨੇ। ਥੋੜਾ ਪੇਸ ਗੱਲ ਦੀ ਥੋੜੀ ਜੀ ਝਾਤ ਆਪਣੇ ਅੰਦਰ ਮਾਰਨੀ ਹੈ ਕਿ ਬਣਾ ਤੂੰ ਦੂਜੇ ਦੇ ਔਗਣ ਵੇਖਦਾ ਕਿ ਨਹੀਂ ਵੇਖਦਾ, ਤੂੰ ਦੂਜੇ ਅੰਦਰ ਕਿੰਨਾ ਬਣ ਕੇ ਵੇਖਦੇ ਵੀ ਅੰਦਰ ਇਹਦੇ ਅੰਦਰ ਕਿੰਨੇ ਔਗਣ ਨੇ, ਇਹਦੇ ਅੰਦਰ ਕਿੰਨੇ ਕੁ ਗੁਣ ਨੇ। ਪਰ ਸਤਿਗੁਰੂ ਕਹਿੰਦੇ ਦੂਜੇ ਵੱਲ ਨਾ ਵੇਖ, ਉਹ ਤੇ ਆਪਣੀ ਜ਼ਿੰਦਗੀ ਜਿਉ ਰਿਹਾ, ਤੂੰ ਆਪਣੇ ਅੰਦਰ ਵੇਖ ਤੇਰੇ ਅੰਦਰ ਕਿੰਨੇ ਗੁਣ ਨੇ, ਤੇਰੇ ਅੰਦਰ ਕਿੰਨੇ ਔਗਣ ਨੇ। ਇਸ ਕਰਕੇ ਆਪਾਂ ਆਪਣੇ ਅੰਦਰ ਸੋਚਣਾ ਹੈ ਕਿ ਰੱਬ ਨੂੰ ਜੁੜ ਕੇ ਹੀ ਔਗਣ ਮਿਟਣੇ ਨੇ। ਜਦੋਂ ਤੱਕ ਸਾਧ ਸੰਗਤ ਵਿੱਚ ਨਹੀਂ ਆਉਂਦੇ, ਜਦੋਂ ਤੱਕ ਗੁਰੂ ਜੀ ਦਾ ਪੱਲਾ ਨਹੀਂ ਫੜਦੇ, ਜਦੋਂ ਤੱਕ ਗੁਰੂ ਜੀ ਦਾ ਨਾਮ ਨਹੀਂ ਜਪਦੇ, ਉਹਦੇ ਗੁਣ ਨਹੀਂ ਗਾਉਂਦੇ, ਉਦੋਂ ਤੱਕ ਔਗਣ ਨਹੀਂ ਮਿਟਣੇ, ਨਹੀਂ ਮਿਟਣੇ ਔਗਣ। ਪੜੇ ਉਦਣ ਸੋਚਣਾ ਹੈ ਆਪਾਂ, ਪੜ੍ਹਨਾ ਵੀ ਹੈ ਨਾਲ। ਮੈਂ ਤਾਂ ਸਾਰਿਆਂ ਗੁਣਾ ਤੋਂ ਹੀਣੀ, ਕਿਵੇਂ ਮਿਲਾ ਕਿਹੜੇ ਬਾਬਤ ਰੱਬ ਨੂੰ ਮਿਲਾ। ਮੈਂ ਤਾਂ ਸਾਰਿਆਂ ਗੁਣਾ ਤੋਂ ਹੀਣੀ, ਕਿਹੜੀ ਬਦਲਾ ਪਿਆਰੇ ਨੂੰ, ਮੈਂ ਤਾਂ ਸਾਰਿਆਂ ਗੁਣਾ
आप जी समझो जेड़ा रब नाल प्रेम करदा अंदरों सच्चे दिलों रब दे नाल प्रेम करदा बाणी नाल प्रेम करदा वो हर नाल ही प्यार करदा हर वेले हर नाल हर दा सत्कार करदा है भावे कोई छोटा है भावे कोई वड्डा है हर किसे नू प्रेम नाल बुलाउणा प्रेम नाल बोलना सत्कार करदा सत्कार करदा हर किसे ओ रब नाल जुड़िया होया पैदा वी रब नाल प्रेम करदा सब दा सत्कार ते आपां जिवें होर गल कर ਆਪਾਂ ਕਹਿੰਦੇ ਆ ਨਾ ਕਿ ਜਿਹੜਾ ਮਾਤਾ ਪਿਤਾ ਦਾ ਸਤਿਕਾਰ ਕਰਦਾ ਆਪਣੇ ਮਾਪਿਆਂ ਦਾ ਸਤਿਕਾਰ ਕਰਦਾ ਜਿਹੜਾ ਮਾਤਾ ਪਿਤਾ ਦਾ ਸਤਿਕਾਰ ਕਰੇਗਾ ਕਹਿੰਦੇ ਰੱਬ ਦਾ ਕਰੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਆਪਣੇ ਮਾਪਿਆਂ ਦਾ ਸਤਿਕਾਰ ਕਰੇ ਉਹ ਰੱਬ ਨਾਲ ਕਰੇਗਾ ਹਰ ਕਿਸੇ ਨਾਲ ਪ੍ਰੇਮ ਹਰ ਕਿਸੇ ਦਾ ਸਤਿਕਾਰ ਕਰੇ ਨਹੀਂ ਏਦਾਂ ਨਾ ਕਹੇ ਤੂੰ ਕੌਣ ਮੈਂ ਕੌਣ ਤੂੰ ਕਿੱਥੇ ਮੈਂ ਕਿੱਥੇ ਨਹੀਂ ਏਦਾਂ ਨਹੀਂ ਹੋਣਾ ਚਾਹੀਦਾ ਤੂੰ ਛੋਟਾ ਮੈਂ ਵੱਡਾ ਏਦਾਂ ਨਹੀਂ ਜਿਹੜੇ ਪੰਜੋ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਗੁਰਮੁਖ ਦੀ ਸਤਿਗੁਰੂ ਪਰਿਭਾਸ਼ਾ ਦਿੰਦੇ ਨੇ ਨਾ ਡੈਫੀਨੇਸ਼ਨ ਦਿੰਦੇ ਆ ਉਦਾਂ ਦੇ ਗੁਣ ਹੋਣੇ ਚਾਹੀਦੇ ਉਦਾਂ ਦੇ ਗੁਣ ਹੋਣੇ ਚਾਹੀਦੇ ਗੁਰਮੁਖ ਦੇ ਦਰਸ਼ਨ ਕਰਕੇ ਰੱਬ ਦੇ ਉੱਤੇ ਆ ਜਾਂਦਾ ਸੱਚੀ ਗੱਲ ਗੁਰਮੁਖਾਂ ਦੇ ਵਚਨਾਂ ਤੋਂ ਹੀ ਰੱਬ ਦਿਸਦਾ ਉਹਨਾਂ ਦੇ ਦਰਸ਼ਨ ਕਰਕੇ ਰੱਬ ਨਜ਼ਰ ਆਉਂਦਾ ਰੋਮ ਰੋਮ ਪਵਿੱਤਰ ਹੈ ਉਹਨਾਂ ਦਾ ਉਹਨਾਂ ਦਾ ਕਣ ਕਣ ਪਵਿੱਤਰ ਹੈ ਪਵਿੱਤਰ ਹੈ ਉਹਨਾਂ ਦਾ ਰੋਮ ਰੋਮ ਹਿਰਦਾ ਅੰਦਰ ਸਤਿਗੁਰੂ ਵਸੇ ਹੋਏ ਅੰਦਰ ਵਸੇ ਹੋਏ ਉਹੋ ਜਿਹੇ ਗੁਣ ਹੋਣ ਸਾਡੇ ਵਿੱਚ ਤੇ ਜਿਵੇਂ ਆਪਾਂ ਹੁਣ ਪੜ੍ਹਿਆ ਨਾ ਜਿਸ ਸਿਮਰਤ ਸੁੱਖ ਪਾਈਏ ਇੱਧਰ ਧਿਆਨ ਰੱਖ ਜਿਸ ਸਿਮਰਤ ਸੁੱਖ ਪਾਈਏ ਸਭ ਦਿਖਾ ਬੁਝਾਈ ਕਹਿੰਦੇ ਕਰ ਸੇਵਾ ਪਾਰ ਬ੍ਰਹਮ ਗੁਰ ਕਹਿੰਦੇ ਗੁਰੂ ਦੀ ਸੇਵਾ ਕਰ ਗੁਰੂ ਦੀ ਚਾਕਰੀ ਕਰ ਗੁਰੂ ਦਾ ਚਾਕਰ ਬਣ ਹੋਵੋ ਚਾਕਰ ਸਾਚੇ ਕਰੇ ਸੱਚੇ ਦਾ ਚਾਕਰ ਸੱਚੇ ਦੀ ਚਾਕਰੀ ਕਰ ਸੱਚੇ ਨਾਲ ਜੁੜ ਵਾਹਿਗੁਰੂ ਨਾਲ ਜੁੜ ਕਰ ਸੇਵਾ ਪਾਰ ਬ੍ਰਹਮ ਗੁਰ ਤੇ ਜਿੱਦਣ ਤੋਂ ਤੈਨੂੰ ਨਾਮ ਮਿੱਠਾ ਲੱਗਣ ਲੱਗ ਗਿਆ ਨਾਮ ਦੀ ਭੁੱਖ ਲੱਗਣ ਲੱਗ ਗਈ ਹੋਰ ਵਸਤੂਆਂ ਦੀ ਕਿੱਥੇ ਭੁੱਖ ਲੱਗਣੀ ਹੈ ਫਿਰ ਭੁੱਖ ਤੇ ਨਾਮ ਦੀ ਲੱਗਦੀ ਆ ਵੀ ਨਾਮ ਜਪਣਾ ਹੈ ਬਾਹਰੋਂ ਉਹਦੀ ਅੰਦਰਲੀ ਸੁਰਤ ਅੰਦਰਲੀ ਬਰਤੀ ਜੁੜੀ ਰਹੀ ਉਹਨਾਂ ਦਾ ਅੰਦਰ ਮਨ ਜੁੜਿਆ ਰਹਿੰਦਾ ਹਮੇਸ਼ਾ ਹੀ ਅੰਦਰ ਚੱਲਦਾ ਹੀ ਰਹਿੰਦਾ ਅੰਦਰ ਸਤਿਗੁਰੂ ਸਿਮਰਨ ਅੰਦਰ ਚੱਲਦਾ ਉਹ ਅੰਦਰੋਂ ਜੁੜੇ ਹੋਏ ਨੇ ਬਾਹਰੀ ਦਿਖਾਵਾ ਨਹੀਂ ਅੰਦਰੋਂ ਜੁੜੇ ਹੋਏ ਦਿਖਾਵਾ ਨਹੀਂ ਕਰਦੇ ਅੰਦਰੋਂ ਤੇ ਆਪਾਂ ਵੀ ਇਹ ਸੇਧ ਲੈਣੀ ਵੀ ਅੰਦਰੋਂ ਕਰੀਏ ਸੇਵਾ ਗੁਰੂ ਦੀ ਇਹ ਨਾ ਹੋਵੇ ਕਿ ਮੈਂ ਝੂਠੇ ਭਾਂਡੇ ਮਾਜ ਰਿਹਾ
सेवा कर रहे हैं ते वेखे मैनू कोई सेवा कर दे नू किन्नी सेवा कर दे ए विखावा नहीं होना चाहिए पर अपने आनंद विच अपनी मस्ती विच सेवा कर कोई वेखे भावे ना वेखे तू नाम जप संगत कर कोई वेखे भावे ना वेखे।